जो होए मरे परमान
ਜੰਗ ਹੋਇਆ
ਕਾਰਨ ਦਰੋਪਦੀ ਬਣੀ। ਰਮਾਇਣ ਦਾ ਜੰਗ ਹੋਇਆ ਕਾਰਨ ਸੀਤਾ ਬਣੀ। ਹੋਰ ਜਿਤਨੇ ਕੋਈ ਜੰਗ ਸੰਸਾਰ ਦੇ ਅੰਦਰ ਹੋਏ ਜ਼ਿਆਦਾਤਰ ਇਸਤਰੀ ਜਲ ਜਲ ਅਤੇ ਜ਼ਮੀਨ ਦਾ ਇੱਥੋਂ ਹੀ ਲੜਾਈ ਦਾ ਉੱਠ ਬਣੇ। ਜਲ ਜੇਵਰਾਤ ਆਦਿ ਬਹੁਤ ਜ਼ਿਆਦਾ ਧਨ ਆਦਿ ਉਸਦੇ ਵਾਸਤੇ ਲੜਾਈ ਹੋਈ। ਜੋਬਨ ਜੋਬਨ ਵਾਸਤੇ ਲੜਾਈ ਹੋਈ, ਇਸਤਰੀ ਵਾਸਤੇ ਲੜਾਈ ਹੋਈ ਜਾਂ ਜ਼ਮੀਨ ਵਾਸਤੇ ਲੜਾਈ ਹੋਈ। ਤਾਂ ਜੇ ਇਤਿਹਾਸ ਨੂੰ ਫਰੋਲੀਏ ਤਾਂ ਬਹੁਤ ਘੱਟ ਲੜਾਈਆਂ ਐਸੀਆਂ ਹੋਈਆਂ ਜਿਹੜੀਆਂ ਧਰਮ ਦੇ ਨਾਂ ਦੇ ਉੱਪਰ, ਔਰ ਇਹ ਸਿੱਖ ਧਰਮ ਦੇ ਅੰਦਰ ਪਹਿਲੀ ਜੰਗ ਜਿਸ ਦੀ ਸ਼ੁਰੂਆਤ ਸਹਿਬ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਦੀ ਸ਼ਹੀਦੀ ਤੋਂ ਬਾਅਦ ਸ਼ਾਂਤੀ ਦੇ ਵਿੱਚੋਂ ਸ਼ਾਂਤੀ ਦੇ ਵਿੱਚ ਸ਼ਾਂਤੀ ਦੇ ਵਿੱਚੋਂ ਵੀਰ ਰਸ ਨੇ ਜਨਮ ਲਿਆ ਕਮਲ, ਜਾਂ ਜੋ ਕਹੀਏ ਭਗਤੀ ਦੇ ਵਿੱਚੋਂ ਸ਼ਕਤੀ ਦਾ ਸਫ਼ਰ ਹੋਣਾ। ਵੈਸੇ ਤਾਂ ਕੋਈ ਵੀ ਬੀਜ ਧਰਤੀ ਦੇ ਅੰਦਰ ਦਾ ਹੀ ਉਹ ਫਲਦਾ ਫਲਦਾ, ਪਰ ਜਿੱਥੇ ਨਾਮ ਦਾ ਬੀਜ ਹੈ ਸ਼ਾਂਤਮਈ ਮੂਰਤ ਨੂੰ ਸਤਿਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਨੂੰ ਸਕਦਾ ਪ੍ਰਚਾਰ ਕਰਨ ਵਾਲਿਆਂ ਨੂੰ, ਰੱਬੀ ਸੰਦੇਸ਼ ਦੇ ਦੇਣ ਵਾਲਿਆਂ ਨੂੰ, ਜਿਨ੍ਹਾਂ ਦੇ ਦਰਜੇ ਉੱਪਰ ਸ਼ਾਹ ਬਲਾਵਲ ਸ਼ਾਹ ਅਨਾਇਤ ਸਾਈ ਮੀਆਂ ਮੀਰ ਹੋਰ ਵੱਡੇ ਵੱਡੇ ਪੀਰ ਫਕੀਰ ਆ ਕੇ ਜੁਕਣ ਲੱਗੇ, ਹਿੰਦੁਸਤਾਨ ਦਾ ਸਾਰਾ ਤਮਾਮ ਇਸਲਾਮ ਵਗੈਰਾ ਵੀ ਆ ਕੇ ਨਤਮਸਤਕ ਹੋਣ ਲੱਗੇ। ਸਮੇਂ ਦੀ ਹਕੂਮਤ ਨੂੰ ਇਹ ਬਰਦਾਸ਼ਤ ਨਾ ਹੋਇਆ, ਕਹਿੰਦੇ ਕਿਤੇ ਗੁਰੂ ਨਾਨਕ ਸਾਹਿਬ ਦਾ ਵਰਨ, ਗੁਰੂ ਨਾਨਕ ਸਾਹਿਬ ਦਾ ਦਰ ਜਿਹੜਾ ਹੈ ਉੱਚਾ ਲੱਗ ਰਿਹਾ, ਇੱਥੇ ਇਹ ਲੜਾਈ ਸਿੱਖ ਧਰਮ ਦੀ ਲੜਾਈ ਬਸ ਇਹ ਜਿਹਨਾਂ ਨੂੰ ਦਬਾਇਆ ਜਾਏ। ਪਹਿਲਾਂ ਤਾਂ ਇਹਨਾਂ ਦੇ ਗੁਰੂ ਨੂੰ ਖਤਮ ਕੀਤਾ ਜਾਏ, ਪਹਿਲੀ ਲੜਾਈ ਸਾਡੀ ਸ਼ਹੀਦੀ ਚੁਣੀ ਗਈ। ਕਹਿ ਲੱਗੇ ਕਿਹੜੀ ਸ਼ਹੀਦੀ ਚੁਣੀ ਜਾਏ, ਕਹਿ ਲੱਗੇ ਵੀ ਕਹਿੰਦੇ ਨੇ ਵੀ ਸ਼ਹੀਦ ਦਾ ਖੂਨ ਧਰਤੀ ਤੇ ਨਹੀਂ ਡੁੱਲਣਾ ਚਾਹੀਦਾ, ਜੇ ਇੱਕ ਬੂੰਦ ਡੁੱਲੇ ਤੇ ਕਹਿੰਦੇ ਸੈਂਕੜੇ ਸ਼ਹੀਦ ਪੈਦਾ ਹੁੰਦੇ ਨੇ, ਇਸ ਕਰਕੇ ਖੂਨ ਸਾੜਿਆ ਜਾਏ, ਕੋਈ ਐਸੀ ਸ਼ਹਾਦਤ ਚੁਣੀ ਜਾਏ। ਕਹਿੰਦੇ ਫਿਰ ਸਭ ਨਾਲੋਂ ਵਧੀਆ ਤਾਂ ਇਹ ਹੈ ਤੱਤੀ ਲੋਹ ਦੇ ਉੱਪਰ ਤਪਾਓ, ਖੂਨ ਸੁੱਕਦਾ ਚਲਾ ਜਾਏ, ਸੜਦਾ ਚਲਾ ਜਾਏ, ਖੂਨ ਦੀ ਬੂੰਦ ਧਰਤੀ ਤੇ ਡਿੱਗੇ ਜਾਂ ਤਾਂ ਸ਼ਹੀਦ ਜਿਹੜਾ ਪੈਦਾ ਹੋ ਜਾਏ। ਦੇਖਦੇ ਅੰਦਰ ਖੂਨ ਕਿਵੇਂ ਬਾਹਰ ਆਏਗਾ, ਗਿਰੇਗਾ ਧਰਤੀ ਦੇ ਉੱਪਰ। ਪਰ ਇਹਨਾਂ ਲੋਕਾਂ ਨੂੰ ਭੌਤਿਕ ਵਿਦਿਆਰਥੀਆਂ ਨੂੰ ਭੌਤਿਕ ਵਿਅਕਤੀਆਂ ਨੂੰ ਇਹ ਗੱਲ ਜਿਹੜੀ ਹੈ ਕਿਵੇਂ ਚੰਗੀ ਲੱਗੇ, ਕਿਵੇਂ ਪਤਾ ਲੱਗੇ ਕਿ ਤੁਸੀਂ ਤਾਂ ਕੇਵਲ ਧਰਤੀ ਦੇ ਅੰਦਰ ਕੇਵਲ ਗਿਆਨ ਹਾਸਲ ਕੀਤਾ, ਜਿਹੜਾ ਰੱਬ ਦਾ ਗਿਆਨ ਹੈ ਨਾਮ ਦਾ ਪ੍ਰਕਾਸ਼ ਉਹ ਜਦੋਂ ਹਿਰਦੇ ਦੇ ਵਿੱਚੋਂ ਪ੍ਰਗਟ ਹੋ ਕੇ ਦੂਜੀ ਜਗ੍ਹਾ ਜਾਂਦਾ ਨਾ, ਉਹਦੀ ਸ਼ਹਾਦਤ ਨੂੰ ਵੇਖ ਕੇ ਤਾਂ ਲੱਖਾਂ ਮਰਜ਼ੀ ਬੜੇ ਖੜੇ ਹੋਏ। ਬਸ ਇੱਥੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਮੀਰੀ ਤੇ ਪੀਰ ਕੇ ਜਾਂਦੇ। ਫਿਰ ਸਹਿਬ ਸੱਜੇ ਪਾਤਸ਼ਾਹ ਮਹਾਰਾਜ ਨੇ ਹਲੇਮੀ ਰਾਜ ਲਈ, ਸ਼ਾਂਤੀ ਦੇ ਲਈ ਇਹ ਹੋਇਆ ਹਲੇਮੀ ਰਾਜ ਜੀ ਦਾ ਪਾਤਸ਼ਾਹ ਨੇ ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਪਹਿਣੀਆਂ। ਇਹ ਮੀਰੀ ਤੇ ਪੀਰੀ ਦੀਆਂ ਤਲਵਾਰਾਂ ਅੱਜ ਤੱਕ ਚੱਲਦੀਆਂ ਆ ਰਹੀਆਂ ਨੇ, ਜਿਸ ਨੂੰ ਕਹਿ ਲਈਏ ਰਾਜ ਔਰ ਜਿਸ ਨੂੰ ਕਹਿ ਲਈਏ ਪੀਰੀ ਦੀ ਭਗਤੀ ਦੀ। ਖੈਰ ਜਿਹੜੇ ਆ ਦਿਨ ਆਪਾਂ ਮਨਾ ਰਹੇ ਹਾਂ ਇਹ ਵੀ ਬਸ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹਾਦਤ ਤੋਂ ਪ੍ਰਾਰੰਭ ਹੋਵੇ। 6 ਜੂਨ 1984 ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹਾਦਤ ਦਿਨ ਮਨਾਇਆ ਜਾਣਾ ਸੀ। ਇਕੱਠ ਬਹੁਤ ਭਾਰਾ ਆਪ ਜੀ ਦੇ ਸਾਹਮਣੇ ਉਸ ਸਮੇਂ ਦਾ ਹਰੇਕ ਨੁਕਤਾ, ਹਰੇਕ ਇਤਿਹਾਸ, ਹਰੇਕ ਕੜੀ ਆਪ ਜੀ ਦੇ ਪਾਸ ਹੈ। ਆਪ ਜੀ ਦੇ ਸੁਣ ਕੇ ਬਹੁਤ ਵਾਰ ਤਾਂ ਆਪ ਜੀ ਨੂੰ ਪਤਾ ਹੀ ਹੈ ਇਸ ਕੜੀ ਦਾ ਕੀ ਮੁੱਖ ਸੰਦੇਸ਼ ਹੈ। ਕੇਵਲ ਇਹ ਸੀ ਕਿ ਧਰਮ ਮਿਟਾ ਦਿੱਤਾ ਜਾਵੇ, ਦਸਤਾਰ ਮਿਟਾ ਦਿੱਤੀ ਜਾਵੇ, ਇਹਨਾਂ ਦੇ ਗੁਰਧਾਮ ਜਿਹੜੇ ਹਨ ਮਿਟਾ ਦਿੱਤੇ ਜਾਣ, ਉਹ ਅੱਜ ਤੱਕ ਵੀ ਹੁੰਦਾ ਆ ਰਿਹਾ ਹੈ। ਪਰ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕੁਝ ਬੀਜ ਹੀ ਐਸਾ ਪਾਇਆ ਧਰਤੀ ਦੇ ਅੰਦਰ, ਜਦੋਂ ਹਰਿਮੰਦਰ ਸਾਹਿਬ ਦੀ ਨੀਂਹ ਰੱਖੀ, ਹਰਿਮੰਦਰ ਸਾਹਿਬ ਦੀ ਨੀਂਹ ਇੰਨੀ ਡੂੰਘੀ ਚਲੀ ਗਈ ਕਿ ਇਹਨੂੰ ਤੋਪਾਂ ਦੇ ਨਾਲ ਤਾਂ ਉਡਾ ਦਿੱਤਾ ਅਬਦਾਲੀ ਨੇ, ਬਹੁਤ ਵਾਰ ਢਾਹਿਆ ਦੁਰਾਲੀ ਨੇ, ਬੜੀ ਵਾਰ ਇਸ ਦੇ ਹਮਲੇ ਹੋਏ, ਪਰ ਹਰਿਮੰਦਰ ਸਾਹਿਬ ਦੀ ਨੀਂਹ ਇੰਨੀ ਗਹਿਰੀ ਹੈ ਭਾਈ ਮੁੜ ਮੁੜ ਕੇ ਇਸ ਨੂੰ ਕੋਈ ਢਾਹ ਨਹੀਂ ਸਕਦਾ, ਕਿਉਂਕਿ ਵੱਧੋ ਵੱਧ ਵਧਾਤਾ ਤਾਂ ਮਨੁੱਖ ਹੋਇਆ।
ਉਹ ਸ਼ਹੀਦੀ ਪਰ ਜੀਵਣਿਆਂ ਦੀ ਸੂਰਵੀਰ ਬਹਾਦਰਾਂ ਦੀ ਜਿਹੜੇ ਜਾਨਾਂ ਹੀਰ ਕੇ ਲੜੇ। ਸਮਾਂ ਹਰ ਵੇਲੇ ਕੁਐਸਚਨ ਕਰਦਾ, ਸਵਾਲ ਕਰਦਾ। ਸਮਾਂ ਉਹ ਸਮੇਂ ਆ ਗਿਆ ਕਿ ਲਗੀ ਚਮਕੌਰ ਦੀ ਜੰਗ ਦੇ ਵਿੱਚ 40 ਸਿੰਘ ਕਿਵੇਂ ਲੜੇ ਹੋਣਗੇ, ਕਿਵੇਂ ਲੜੇ ਹੋਣਗੇ, ਕਿਉਂਕਿ ਇਤਿਹਾਸ ਦਾ ਸਬੂਤ ਜਿਹੜਾ ਉਹ ਤਾਂ ਇਤਿਹਾਸ ਦੱਸਦਾ। ਕੇਵਲ ਅਸੀਂ ਉਸਨੂੰ ਹਿਸਟੋਰੀ ਜਾਂ ਉਸਨੂੰ ਕਹਾਣੀ ਦੇ ਤੌਰ 'ਤੇ ਜਦੋਂ ਵਰਤਦੇ ਹਾਂ ਤਾਂ ਸਾਨੂੰ ਸ਼ੰਕੇ ਪੈਦਾ ਹੁੰਦੇ। ਫਿਰ ਸਮਾਂ ਆ ਗਿਆ ਕਿ ਲੱਗੇ ਇਹ ਤਾਂ ਬਹੁਤ ਵੱਡੀ ਗੱਲ ਨਹੀਂ, ਉਹ ਤਾਂ ਗੁਰੂ ਹਾਜ਼ਰ ਨਾਜ਼ਰ ਸੀ, ਅੱਜ ਵੀ ਗੁਰੂ ਹਾਜ਼ਰ ਨਾਜ਼ਰ। ਅਤੇ ਉਹ ਸਮਾਂ ਮੁੜ ਕੇ ਰਿਪੀਟ ਹੋਇਆ, ਸੰਸਾਰ ਦੇ ਲੋਕਾਂ ਦੇ ਸਵਾਲ ਜਿਹੜੇ ਸਨ ਚੁੱਪ ਹੋ। ਜਿਸ ਨੂੰ ਕਹਿੰਦੇ ਨੇ ਕਿ ਗੁਰੂ, ਨੀਟਸੇ ਨੇ ਕਹਿ ਦਿੱਤਾ ਕਿ ਗੋਡ ਇਜ਼ ਡੈਡ, ਪਰਮਾਤਮਾ ਹੈ ਨਹੀਂ, ਮਰ ਚੁੱਕਾ। ਪਰ ਸਿੱਖ ਜਿਹੜਾ ਹੈ ਇਹ ਇਸ ਚੀਜ਼ ਨੂੰ ਤਸਲੀਮ ਕਰਦਾ ਔਰ ਹਰ ਵੇਲੇ ਵਿਖਾਉਂਦਾ ਕਿ ਗੁਰੂ ਤਾਂ ਹਾਜ਼ਰ ਨਾਜ਼ਰ ਹੈ। ਜਿਹਦੀ ਜ਼ਮੀਰ ਮਰ ਚੁੱਕੀ ਹੈ ਉਹਨੂੰ ਮਰਿਆ ਰੱਬ ਨਜ਼ਰ ਆਉਂਦਾ, ਅਤੇ ਜਿਹੜੀ ਜ਼ਮੀਰ ਜਾਗਦੀ ਉਹਨੂੰ ਪਰਮਾਤਮਾ ਹਾਜ਼ਰ ਨਾਜ਼ਰ ਨਜ਼ਰ ਆਉਂਦਾ। ਰਣ ਦੇਖ ਸਿੰਘ ਪਾਤਸ਼ਾਹ ਧੰਨ ਅਰਜਨ ਦੇਵ ਮਹਾਰਾਜ ਨੇ ਕਹਿੰਦੇ ਵਾਜੇ ਵੱਜੇ ਵਾਤ ਵੱਜਣ ਟਮਕ ਭੇਰੀਆਂ, ਸ਼ਹਿਨਾਈਆਂ ਵੱਜੀਆਂ, ਵਾਜੇ ਵੱਜੇ ਢੋਲਕ ਵੱਜੇ, ਮਲ ਮੱਥੇ ਲੈਂਦੇ ਫੇਰੀਆਂ। ਇਹ ਕਿਹੜੀਆਂ ਨੇ? ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣ ਆਈਆਂ। ਜੇ ਸ਼ਬਦ ਗਾਵਣ ਆ ਸਕਦੀਆਂ ਨੇ ਤੇ ਸ਼ਬਦ ਗਾਉਣ ਵਾਲੇ ਦਾ ਜਦੋਂ ਆਪਾ ਸਮਰਪਿਤ ਹੋ ਜਾਂਦਾ, ਇਸ ਦੇ ਪੰਜਾਂ ਦੇ ਉੱਪਰ ਕਾਬੂ ਪੈ ਜਾਂਦਾ, ਨਾ ਲੋਭ ਰਹਿੰਦਾ, ਨਾ ਮੋਹ ਰਹਿੰਦਾ, ਨਾ ਹੰਕਾਰ ਰਹਿੰਦਾ, ਨਾ ਕਾਮ ਰਹਿੰਦਾ, ਕੁਛ ਵੀ ਨਹੀਂ ਰਹਿੰਦਾ, ਪੰਜੇ ਦੱਬੇ ਜਾਂਦੇ ਨੇ। ਮਹਾਂਬਲੀਆਂ ਨੂੰ ਦੱਬ ਕੇ ਜਦੋਂ ਧਰਮ ਵਾਸਤੇ ਲਿਖੜ ਕੇ ਸੂਰਮਾ ਸਾਹਮਣੇ ਆਉਂਦਾ, ਰਣ ਕੱਤੇ ਦੇ ਅੰਦਰ ਤੱਕ ਵੱਜਦੀਆਂ ਸ਼ਹਿਨਾਈਆਂ ਵੱਜਦੀਆਂ। ਤੇ ਜਿਹੜੇ ਕੁਛ ਸਮੇਂ ਦੇ ਲੇਖਕ ਨੇ ਜਿਹੜੇ ਅੰਦਰ ਸਨ ਫੌਜੀ ਲੜੇ, ਉਹ ਕਹਿੰਦੇ ਵੀ ਜਦੋਂ ਜਾ ਕੇ ਅਸੀਂ ਦੇਖਿਆ ਅੰਦਰ ਤਾਂ ਬਹੁਤ ਘੱਟ ਗਿਣਤੀ ਦੇ ਲੋਕ ਸੀ, ਪਰ ਜਦੋਂ ਜਕਾਰਾ ਛੱਡਦੇ ਸੀ ਇਸ ਤਰ੍ਹਾਂ ਲੱਗਦਾ ਜਿਵੇਂ ਲੱਖਾਂ ਹੀ ਹੋਏ, ਲੱਖਾਂ ਜਕਾਰਿਆਂ ਦੀ ਆਵਾਜ਼। ਜਿਹਨਾਂ ਨੇ ਉਸ ਸਮੇਂ ਆਹਮੋ ਸਾਹਮਣੇ ਜੰਗ ਲੜੀ, ਉਹਨਾਂ ਲੋਕਾਂ ਦਾ ਇਹ ਆਪਣਾ ਬਿਆਨ ਹੈ। ਇਹ ਲਗਾਤਾਰ ਹਫ਼ਤਾ ਉਹਨਾਂ ਸ਼ਹੀਦਾਂ ਨੂੰ ਆਪਾਂ ਮਨਾ ਰਹੇ ਹਾਂ। ਬਾਬਾ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪੰਜਾਬ ਵਾਲੇ ਔਰ ਅਨੇਕਾਂ ਹੀ ਸ਼ਹੀਦ ਜਿਹੜੇ ਧਰਮ ਲਈ ਆਪਣੇ ਆਪ ਨੂੰ ਸ਼ਾਮਿਲ ਕਰਕੇ ਕੁਰਬਾਨ ਕਰਦੇ ਔਰ ਦੱਸ ਦਿੱਤਾ ਕਿ ਜਿੰਨਾ ਚਿਰ ਦੁਨੀਆ ਦੇ ਅੰਦਰ ਗੁਰੂ ਨਾਨਕ ਸਾਹਿਬ ਮਹਾਰਾਜ ਰਹਿੰਦੀ, ਦੁਨੀਆਂ ਤੱਕ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਕੀ ਸੱਚ, ਜੇ ਪਰਮਾਤਮਾ ਹੋਸੀ ਕੀ ਸੱਚ ਹੈ, ਤਾਂ ਸਿੱਖ ਵੀ ਜਿਹੜਾ ਹੈ ਸ਼ਹੀਦ ਹੈ ਅਤੇ ਜਿੰਦਾ ਸ਼ਹੀਦ ਹੈ। ਆਦ ਅੰਤ ਤੱਕ ਇਹ ਸ਼ਹੀਦ ਜਿਉਂਦਾ ਜਾਗਦਾ ਆਪਣੀ ਨਜ਼ਰ ਆਉਂਦਾ ਰਹੇਗਾ, ਧਰਮ ਦੀ ਜਿਹੜੀ ਹੈ ਰੱਖਿਆ ਕਰਦਾ ਰਹੇਗਾ ਅਤੇ ਦੂਜੇ ਦੇ ਧਰਮ ਵਾਸਤੇ ਵੀ ਕੁਰਬਾਨੀ ਕਰਦਾ। ਜਦੋਂ ਆਪਣੇ ਸਿਰ 'ਤੇ ਪੈ ਜਾਂਦਾ ਆਪਣੇ ਆਪ ਨੂੰ ਬਚਾਉਣ ਵਾਸਤੇ, ਜਿਸ ਦੇ ਅੰਦਰ ਇੱਕ ਜਜ਼ਬਾ ਪਰਮਾਤਮਾ ਨੇ ਭਰਿਆ, ਉਹ ਜਜ਼ਬਾ ਬਹੁਤ ਲੱਖਾਂ ਕਰੋੜਾਂ ਦੇ ਵਿੱਚੋਂ ਇੱਕ ਹੀ ਨਜ਼ਰ ਆਉਂਦਾ ਮਰਦੇ ਉਦਾਹਰਨ, ਜਿਹੜਾ ਨਾ ਵਿਕਦਾ, ਜਿਹਦੇ ਬੋਲ ਜਿਹੜੇ ਹਨ ਇੱਕ ਇੱਕ ਬੋਲ ਦੀ ਕੀਮਤ ਹੈ, ਜਿਸ ਨੂੰ ਕੋਈ ਖਰੀਦ ਨਹੀਂ ਸਕਦਾ, ਜਿਸ ਨੂੰ ਧਰਤੀ ਨਾ ਖਰੀਦ ਸਕਦੀ, ਨਾ ਰਾਜਾ ਖਰੀਦ ਸਕਦਾ, ਉਹਨੂੰ ਤਾਂ ਖਰੀਦਣ ਵਾਲੇ ਨੇ ਖਰੀਦ ਲਿਆ, ਉਹਦਾ ਮੁੱਲ ਪੈ ਗਿਆ। ਰੱਬ ਦੀ ਦਰਗਾਹ ਦੇ ਅੰਦਰ ਪਰਮਾਤਮਾ ਨੇ ਮੈਂ ਤੋਂ ਮੋਲ ਮਹਿੰਗੀ ਨਹੀਂ ਜੀ ਸਕੇ, ਜਿਹਨਾਂ ਨੇ ਆਪਣਾ ਜੀ ਦੇ ਦਿੱਤਾ, ਉਹਨਾਂ ਆਪਣੇ ਆਪ ਨੂੰ ਵਿਕਾ ਦਿੱਤਾ, ਤਨ ਮਨ ਕਾਲ ਕਾਲ ਕਰ ਅਰਪਣ ਕੀਤੇ ਉਹਨਾਂ ਦੇ ਸੋਹਣੇ, ਉਹਨਾਂ ਦਾ ਇਤਿਹਾਸ ਦੁਨੀਆਂ ਹਮੇਸ਼ਾ ਗਾਉਂਦੀ ਰਹੇ। ਅਤੇ ਲਗਾਤਾਰ ਆਪਾਂ ਆਪਣਾ ਹਫ਼ਤਾ ਮਨਾਉਣਾ ਹੈ, ਨਾਲ 10 ਤਰੀਕ ਨੂੰ ਸ਼ਹੀਦੀ ਦਿਹਾੜਾ, ਸਿਰ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਦਾ ਸ਼ਹਾਦਤ ਦਿਨ। ਸ਼ਾਂਤੀ ਤੋਂ ਉਪਜਿਆ ਭਗਤੀ ਦੇ ਵਿੱਚੋਂ ਵੀਰ ਰਸ, ਔਰ ਵੀਰ ਰਸ ਇੰਨਾ ਉਬੜਿਆ ਕਿ ਇਸ ਨੇ ਦੁਨੀਆਂ ਦੀ ਤਾਂ ਇੱਜ਼ਤ ਆਪ ਨੂੰ ਬਚਾਈ, ਜਿੱਥੇ ਜਿੱਥੇ ਵੀ ਸਿੱਖ, ਜਿੱਥੇ ਜਿੱਥੇ ਵੀ ਹਰ ਦੇਸ਼ ਦੇ ਅੰਦਰ ਜਾ ਕੇ ਵੇਖੋ ਤੇ ਸਿੱਖ ਦਾ ਆਪਣਾ ਇਤਿਹਾਸ ਹੈ ਕਿ ਹਰ ਦੇਸ਼ ਲਈ ਲੜੇ, ਹਰ ਦੇਸ਼ ਲਈ ਉਹਨੇ ਕੁਰਬਾਨੀਆਂ ਕੀਤੀਆਂ, ਕੇਵਲ ਹਿੰਦੁਸਤਾਨ ਭਾਰਤ ਦੀ ਧਰਤੀ ਲਈ, ਕਿਆ ਇੰਗਲੈਂਡ, ਫਰਾਂਸ, ਅਮਰੀਕਾ, ਜਿੰਨੀ ਜਗ੍ਹਾ ਤੇ ਵੀ, ਕੈਨੇਡਾ, ਸਭ ਜਗ੍ਹਾ ਦੇ ਉੱਪਰ ਸਿੱਖ ਦਾ ਇਤਿਹਾਸ ਬੋਲਦਾ ਕਿ ਸਿੱਖ ਸ਼ਹੀਦ ਹੋਇਆ ਔਰ ਆਪਣੀ ਧਰਤੀ ਜਾਣ ਕੇ ਉਹ ਸ਼ਹੀਦ ਹੋਇਆ। ਇਸ ਵਾਸਤੇ ਗੁਰੂ ਨਾਨਕ ਸਾਹਿਬ ਦੇ ਘੰਟੇ ਬੁਲੰਦ ਨੇ, ਹਰ ਦੇਸ਼ ਵਿੱਚ ਬੁਲੰਦ ਰਹਿਣਗੇ। ਮਹਾਰਾਜ ਮੇਰਾ ਕਰਮ ਪਾਤਸ਼ਾਹ ਫਰਮਾਨ ਕਰਦੇ ਹੈ। ਪੂਜ ਦਰਬਾਰ ਦੇਣਾ
ਪਰ ਸਤਿਗੁਰ ਪ੍ਰਸਾਦ ਅਨੰਦ ਮਾਇਆ ਮੇਰੀ ਮਾਵਾ ਸਤਿ।